ਤੇ ਉਧਰ ਜਲੰਧਰ ਦੇ ਥਾਣਾ ਸਦਰ ਦੀ ਪੁਲਿਸ ਨੇ ਟਰੱਕ ਵਿੱਚ 4.5 ਕਿਲੋ ਅਫੀਮ ਲੈ ਕੇ ਜਾਂਦੇ ਹੋਏ 3 ਵਿਅਕਤੀਆਂ ਨੂੰ ਕਾਬੂ ਕਰ ਲਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਆਖਿਆ ਕਿ ਪੁਲਿਸ ਪਾਰਟੀ ਟੀਮ ਨੇ ਨਕੋਦਰ ਰੋਡ ਜੰਡਿਆਲਾ ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ 12 ਟਾਇਰ ਟਰੱਕ ਨੂੰ ਰੋਕਿਆ ਗਿਆ ਤੇ ਤਲਾਸ਼ੀ ਦੌਰਾਨ 4.5 ਕਿਲੋ ਅਫੀਮ ਬਰਾਮਦ ਕੀਤੀ ਗਈ। ਉਹਨਾਂ ਆਖਿਆ ਕਿ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰਕੇ ਪੁੱਛਗਿੱਛ ਸ਼ੁਰੂ ਕੀਤੀ ਜਾ ਰਹੀ ਹੈ। ਇਹ ਇੱਦਾਂ ਜੀ 4.5 ਕਿਲੋ ਅਫੀਮ ਫੜੀ ਹੈ ਸਾਡੇ ਜਿਹੜਾ ਸਦਰ ਪੁਲਿਸ ਸਟੇਸ਼ਨ ਦੇ ਵਿੱਚ ਜੰਡਿਆਲਾ ਪੁਲਿਸ ਪੋਸਟ ਦੇ ਵਿੱਚ ਇਨਫੋਰਮੇਸ਼ਨ 'ਤੇ ਇਹ ਇੰਟਰਸੈਪਸ਼ਨ ਹੋਈ ਹੈ ਟਰੱਕ ਦੀ। 12 ਟਾਇਰੀ ਟਰੱਕ ਹੈ ਔਰ ਇਹਦੇ 'ਚ ਜਿਹੜਾ 4.5 ਕਿਲੋ ਫੀਮ ਦੇ ਨਾਲ 3 ਮੁਲਜ਼ਮ ਅਸੀਂ ਗ੍ਰਿਫਤਾਰ ਕੀਤੇ ਹੈ। ਇੱਕ ਗੁਰਮੇਲ ਸਿੰਘ ਹੈ, ਇੱਕ ਬੇਅੰਤ ਸਿੰਘ, ਇਹ ਦੋਨੇ ਮਾਨਸਾ ਡਿਸਟ੍ਰਿਕਟ ਦੇ ਰਹਿਣ ਵਾਲੇ ਹੈ ਅਤੇ ਸੁਲਤਾਨ ਸਿੰਘ ਜਿਹੜਾ ਉਹ ਰਾਜਸਥਾਨ ਦਾ। ਬੇਸਿਕਲੀ ਜਿਹੜਾ ਗੁਰਮੇਲ ਸਿੰਘ ਹੈ ਇਹਦੇ ਕੋਲ ਟਰੱਕ ਹੈ ਅਤੇ ਇਹਦੇ 'ਤੇ ਸੇਬ ਵਗੈਰਾ ਲੱਦ ਕੇ ਲੈ ਕੇ ਜਾਂਦਾ। ਆਪ ਵੀ ਨਸ਼ਾ ਖਾਣ ਦਾ ਆਦੀ ਹੈ ਪਰ ਫਾਈਨੈਂਸ਼ੀਅਲੀ ਕੋਈ ਇੰਨਾ ਜਿਵੇਂ ਟਰੱਕ ਡਰਾਈਵਰ ਹੁੰਦਾ ਹੈ ਵੈਲ ਆਫ ਨਾ ਹੋਣ ਕਰਕੇ ਪੈਸੇ ਦੇ ਲਾਲਚ ਕਰਕੇ ਸਾਰਾ ਜਿਹੜੀ ਇਹ ਅਫੀਮ ਦੇ ਸਮਗਲਿੰਗ ਦੇ ਵਿੱਚ ਧੰਦਾ ਕਰਦਾ। ਜਿਹੜਾ ਇਹਨਾਂ ਦਾ ਨਾਲ ਦਾ ਇੱਕ ਉਹ ਦੂਸਰਾ ਹੈਗਾ ਜਿਹੜਾ ਬੇਅੰਤ ਸਿੰਘ ਦੇ ਖਿਲਾਫ਼ ਪਹਿਲਾਂ ਵੀ ਰਾਜਸਥਾਨ 'ਚ ਆਪਣੇ OPM ਦਾ ਪਰਚਾ ਦਰਜ ਹੈ NDPS ਐਕਟ ਦਾ। ਅਤੇ ਥਰਡ ਹੈਗਾ ਸੁਲਤਾਨ ਸਿੰਘ, ਜੋ ਇਹਨਾਂ ਦੀ ਮੁੱਢਲੀ ਪੁੱਛਗਿੱਛ ਪਤਾ ਲੱਗਿਆ ਕਿ ਮਾਝਾ ਏਰੀਏ 'ਚ ਅੱਗੇ ਜਾਣਾ ਸੀ ਇਹਨਾਂ ਨੇ ਟਰੱਕ ਲੈ ਕੇ। ਅਤੇ ਹੁਣ ਇਹਦੇ 'ਚ ਜਿਹੜੀ ਨੈਕਸਟ ਗੱਲ ਇੰਪੋਰਟੈਂਟ ਹੈ ਕਿ ਇਹਨਾਂ ਦੇ ਜਿਹੜਾ ਉੱਥੇ ਰੇਟ ਹੈ ਖਰੀਦਣ ਦਾ ਉਹ ਹੈਗਾ ਤਕਰੀਬਨ 80,000 ਦੇ ਕਰੀਬ ਕਿਲੋ ਦਾ ਅਤੇ ਅੱਗੇ ਜਿਹੜੇ ਵੇਚਣ ਦਾ ਇਹਨਾਂ ਨੇ ਦੱਸਿਆ ਕਿ ਤਕਰੀਬਨ 1,35,000 ਰੁਪਏ ਕਿਲੋ ਇਹ ਵੇਚ ਦਿੰਦੇ ਨੇ। ਤੋ ਮਨੀ ਇਹਦੇ 'ਚ ਮੇਨ ਹੈ ਅਤੇ ਮੁੱਢਲੀ ਪੁੱਛਗਿੱਛ 'ਤੇ ਇਹ ਗੱਲਾਂ ਸਾਹਮਣੇ ਆਈਆਂ। ਬਾਕੀ ਡਿਟੇਲ 'ਚ ਇਹਨਾਂ ਦੇ ਜਿਹੜੇ ਫਾਰਵਰਡ ਬੈਕਵਰਡ ਲਿੰਕ ਹੈ ਜੋ ਸਾਰੇ ਅਸੀਂ ਦੇਖਾਂਗੇ। ਮੱਧਿਆ ਪ੍ਰਦੇਸ਼ ਤੋਂ ਲੈ ਕੇ ਆਇਆ ਜੀ, ਸੁਸਮੇਰ ਜਗ੍ਹਾ ਦੱਸ ਰਹੇ ਆ ਅਤੇ ਅੱਗੇ ਇਹ ਇਹਨਾਂ ਦੀ ਮੁੱਢਲੀ ਪੁੱਛਗਿੱਛ ਦੱਸਿਆ ਕਿ ਅਸੀਂ ਮਾਝਾ ਏਰੀਏ ਨੂੰ ਜਾ ਰਹੇ ਸੀਗੇ। ਉਹ ਸਾਰੀ ਗੱਲ ਵੈਰੀਫਾਈ ਕਰਨੀ ਜ਼ਰੂਰੀ ਹੈ ਕਿਉਂਕਿ ਹੁਣੀ ਇਮੀਡੀਏਟ ਰਿਕਵਰੀ ਹੋਈ ਹੈ ਅਤੇ ਉਸ ਮੁਤਾਬਕ ਅਗਲੀ ਜਿਹੜੀ ਗੱਲ ਤੁਹਾਡੇ ਨਾਲ ਸ਼ੇਅਰ ਕਰਾਂ। ਇਹ ਦੱਸ ਰਹੇ ਵੀ ਅਸੀਂ ਕਾਫੀ ਸਮੇਂ ਤੋਂ ਇਹ ਕੰਮ ਲੱਗੇ ਹਾਂ ਪਰ ਇੱਧਰਲੇ ਏਰੀਏ 'ਚ ਨਹੀਂ ਅਜੇ ਕੋਈ ਗੱਲ ਕਲੀਅਰ ਹੋਈ। ਕੋਈ ਜਲੰਧਰ 'ਚ ਇਹਨਾਂ ਦਾ ਨਹੀਂ ਟਾਈ ਅਪ ਅੱਜ ਤੱਕ ਸਾਹਮਣੇ ਆਇਆ ਪਰ ਡਿਟੇਲਡ ਇਨਵੈਸਟੀਗੇਸ਼ਨ ਅਜੇ ਬਾਕੀ ਹੈ ਇਹਨਾਂ ਦੀ। ਉਸ ਨਹੀਂ, ਇੱਕ ਡਰਾਈਵਰ ਹੈ ਜੀ, ਦੂਜੇ ਦੋ ਕਿਸੇ ਦੇ ਛੋਟੇ ਮੋਟੇ ਕੰਮ ਨੇ, ਕੋਈ ਫਾਈਨੈਂਸ਼ੀਅਲੀ ਵੈਲ ਆਫ ਨਹੀਂ। ਉਹਨਾਂ ਦੀ ਪ੍ਰੋਫਾਈਲਿੰਗ ਵਿੱਚ ਇਹ ਹੈ ਕਿ ਉਹ ਖੇਤੀਬਾੜੀ ਦਾ ਛੋਟਾ ਮੋਟਾ ਕੰਮ ਕਰਦੇ ਹੈ ਅਤੇ ਮਤਲਬ ਥੋੜ੍ਹਾ ਇਕਨੋਮਿਕਲੀ ਵੈਲ ਆਫ ਨਹੀਂ ਹੈਗੇ। ਲਿਖੇ ਹੋਇਆ ਤੇ ਤੁਹਾਨੂੰ ਪ੍ਰੈਸ ਨੋਟ 'ਚ ਵੀ ਜਿਵੇਂ ਦੱਸਿਆ ਉਹਦੇ 'ਚ ਪੜ੍ਹਾਈ ਕਰ ਰਿਹਾ ਉਹ PA ਸੈਕਿੰਡ ਈਅਰ 'ਚ। ਇਹ ਯਾਰ ਟਰੱਕ ਡਰਾਈਵਰ ਜਿਹੜੇ ਹੈਗੇ ਉਹ ਜਦੋਂ ਜਾਂਦੇ ਆਉਂਦੇ ਆ ਇਹਨਾਂ ਨੂੰ ਇਸ ਤਰੀਕੇ ਨਾਲ ਆਪਸ 'ਚ ਇਹਨਾਂ ਦਾ ਕੰਟੈਕਟਸ ਹੋਏ, ਉਹਨਾਂ ਨੇ ਸਲਾਹ ਕੀਤੀ ਕਿ ਆਪਾਂ ਇਹ ਧੰਦਾ ਕਰੀਏ ਕਿਉਂਕਿ ਤਿੰਨੋਂ ਹੀ ਇਕਨੋਮਿਕਲੀ ਵੈਲ ਆਫ ਨਹੀਂ ਹੈਗੇ। ਨਹੀਂ, ਕੋਈ ਐਡੀ ਸਪੈਸੀਫਿਕ ਨਹੀਂ, ਲੁਕੋ ਕੇ ਜ਼ਰੂਰ ਰੱਖੇ ਹੋਏ ਸੀ ਪਰ ਉਸ ਦਿਨ ਉਹ ਬਾਕੀ ਟਰੱਕ ਖਾਲੀ ਸੀਗਾ।